ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਖਰੀਦ ਫਰੋਖਤ ਦੇ ਮਾਮਲੇ 'ਚ ਜਲਾਲਾਬਾਦ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇਸ ਮਾਮਲੇ ਦੇ ਅੰਦਰ ਇੱਕ FIR ਦਰਜ ਕੀਤੀ ਗਈ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਬਿਆਨਾਂ 'ਤੇ ਜਿਹੜੀ ਇਹ FIR ਦਰਜ ਕੀਤੀ ਗਈ ਹੈ, ਜਿਸ ਵਿੱਚ ਵਿਧਾਇਕ ਵੱਲੋਂ ਜਿਹੜਾ ਉਹਨਾਂ ਨੂੰ 20 ਤੋਂ 25 ਕਰੋੜ ਰੁਪਏ ਦਾ ਲਾਲਚ ਦੇ ਕੇ ਪਾਰਟੀ ਛੱਡਣ ਦਾ ਜਿਹੜਾ ਇੱਕ ਫੋਨ ਕਾਲ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦੇ ਤਹਿਤ ਜਲਾਲਾਬਾਦ ਪੁਲਿਸ ਨੇ ਇਸ ਮਾਮਲੇ ਦੇ ਅੰਦਰ ਸੇਵਕ ਸਿੰਘ ਨਾਂ ਦੇ ਵਿਅਕਤੀ ਦੇ ਖਿਲਾਫ਼ ਜਿਹੜਾ ਮਾਮਲਾ ਦਰਜ ਕੀਤਾ ਹੈ। ਜਿਹੜਾ ਪਿਛਲੇ ਦਿਨੀਂ ਜਿਹੜਾ ਵਿਧਾਇਕ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੇ ਉੱਪਰ ਜਿਹੜਾ ਪਰਦਾ ਚੁੱਕਿਆ ਗਿਆ ਸੀਗਾ, ਜਿਸ ਵਿੱਚ ਉਹਨਾਂ ਨੇ ਜਿਹੜੇ ਦੋਸ਼ ਲਗਾਏ ਸੀ ਕਿ BJP ਸੇਵਕ ਸਿੰਘ ਨਾਂ ਦਾ ਜਿਹੜਾ ਵਿਅਕਤੀ ਸੀਗਾ ਉਸਨੇ ਖੁਦ ਨੂੰ BJP ਦਾ ਆਗੂ ਜਿਹੜਾ ਨੇਤਾ ਦੱਸਿਆ ਸੀਗਾ ਅਤੇ ਉਹਨਾਂ ਨੂੰ ਜਿਹੜਾ 25 ਕਰੋੜ ਰੁਪਏ ਦੀ ਜਿਹੜੀ ਇਹ ਔਫਰ ਕੀਤੀ ਗਈ ਸੀ ਤਾਂ ਅਤੇ ਉਹਨਾਂ ਦੇ ਉੱਪਰ ਜਿਹੜੀ ਇਹ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਜਿਹੜਾ ਦਬਾਅ ਬਣਾਇਆ ਗਿਆ ਸੀਗਾ। ਇਸ ਮਾਮਲੇ ਦੇ ਅੰਦਰ ਜਲਾਲਾਬਾਦ ਥਾਣਾ ਸਿਟੀ ਪੁਲਿਸ ਦੇ ਨੇ ਜਿਹੜਾ ਇੱਕ ਮਾਮਲਾ ਦਰਜ ਕੀਤਾ ਹੈ ਸੇਵਕ ਸਿੰਘ ਦੇ ਨਾਂ 'ਤੇ ਅਤੇ ਇਸ ਪੂਰੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਇਹ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਜਿਹੜਾ ਇੱਕ ਵਿਧਾਇਕ ਦੇ ਬਿਆਨਾਂ ਦੇ ਉੱਤੇ ਜਿਹੜੀ ਇਹ ਕਾਰਵਾਈ ਹੋਈ ਹੈ, ਜੇ ਤੁਹਾਨੂੰ ਦੱਸ ਦਈਏ ਕਿ ਇਸਦੇ ਨਾਲ ਹੀ ਬੱਲੂਆਣਾ ਦੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਰ ਵੱਲੋਂ ਵੀ ਜਿਹੜੀ ਹੈ ਇਸ ਚੀਜ਼ ਦੀ ਜਿਹੜੀ ਸ਼ਿਕਾਇਤ ਕੀਤੀ ਗਈ ਸੀ। ਇਸ ਦੇ ਨਾਲ ਇਹ ਆਮ ਆਦਮੀ ਪਾਰਟੀ ਦੇ ਇੱਕ ਹੋਰ ਮਹਿਲਾ ਵਿਧਾਇਕ ਵੱਲੋਂ ਵੀ ਜਿਹੜੀ ਇਸ ਫੋਨ ਕਾਲ ਦਾ ਜ਼ਿਕਰ ਕੀਤਾ ਗਿਆ ਸੀਗਾ। ਫਿਲਹਾਲ ਜਲਾਲਾਬਾਦ ਵਿਧਾਨ ਸਭਾ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਬਿਆਨਾਂ 'ਤੇ ਜਲਾਲਾਬਾਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਨੂੰ ਜਿਹੜਾ ਹੈ ਵਿਜੀਲੈਂਸ ਕੋਲ ਭੇਜ ਦਿੱਤਾ ਹੈ। MLA ਸਾਹਿਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਮਾਨਯੋਗ SSP ਸਾਹਿਬ ਵੀ ਉਹਨਾਂ ਨੂੰ ਪਾਰਟੀ ਚੇਂਜ ਕਰਨ ਲਈ ਲਾਲਚ ਦਿੱਤਾ ਗਿਆ ਅਤੇ ਧਮਕੀਆਂ ਦਿੱਤੀਆਂ ਵੀ ਤੁਸੀਂ ਨਹੀਂ ਕੋਈ ਕਰੋਗੇ ਕਾਰਵਾਈ ਤਾਂ ਫਿਰ ਤੁਹਾਨੂੰ ਇਹਦੇ ਨਤੀਜੇ ਦੇਖਣੇ ਪੈਣਗੇ। ਇਹਦੇ ਸੰਬੰਧ ਵਿੱਚ FIR ਲਾਂਚ ਕੀਤੀ ਗਈ ਹੈ ਕਿਉਂਕਿ ਆਪਣਾ MLA ਸਾਹਿਬ ਪਬਲਿਕ ਸਰਵੈਂਟ ਹੈ ਅਤੇ ਉਹ ਜੇ ਕੋਈ ਪੈਸੇ ਔਫਰ ਕਰਦਾ ਕੋਈ ਕਿਸੇ ਨੂੰ ਤਾਂ ਉਹ ਕਰਪਸ਼ਨ ਦੀ ਜੱਜ ਨੂੰ ਪੂਰਾ ਕਰਦਾ, ਇਸ ਕਰਕੇ ਕਰਪਸ਼ਨ ਐਕਟ ਦੀ ਧਾਰਾਵਾਂ ਦੇ ਵਿੱਚ FIR ਲਾਂਚ ਕੀਤੀ ਗਈ ਹੈ ਅਤੇ ਨਾਲ ਥ੍ਰੈਟਨਿੰਗ ਡਰਾਇਆ ਗਿਆ ਵੀ ਜੇ ਇਹ FIR ਲਾਂਚ ਕਰਕੇ 48 ਨੰਬਰ FIR ਹੈ ਥਾਣਾ ਸਿਟੀ ਜਲਾਲਾਬਾਦ ਅੰਡਰ ਸੈਕਸ਼ਨ 7A 12 PC ਪ੍ਰਵੈਂਸ਼ਨ ਆਫ ਕਰਪਸ਼ਨ ਐਕਟ 506 ਥ੍ਰੈਟਨਿੰਗ ਹੋ ਗਈ, 120 ਵੀ ਕਿਸੇ ਦੀ ਹੋਰ ਇਨਵੋਲਵਮੈਂਟ ਇਹਦੇ ਵਿੱਚ ਕੇਸ ਰਜਿਸਟਰ ਕੀਤਾ ਗਿਆ। ਇਹ ਕੋਈ ਸੇਵਕ ਸਿੰਘ ਨਾਂ ਦਾ ਕੋਈ ਬੰਦਾ ਬੋਲਦਾ ਸੀ ਉਹਨਾਂ ਦਾ ਜਿਹੜਾ ਗੱਲ ਕਰਿਆ ਸੀ ਆਪਣਾ ਨਾਂ ਉਹਨੇ ਸੇਵਕ ਸਿੰਘ ਦੱਸਿਆ ਅਤੇ ਜਿਹੜੀ ਕਾਲ ਸੀਗੀ ਉਹ ਵਟਸਐਪ ਕਾਲ ਸੀ ਬਾਹਰੋਂ ਆਈ ਦਾ ਨੰਬਰ ਵਿੱਚ FIR 'ਚ ਮੈਨਸ਼ਨ ਹੈ। FIR ਲਾਂਚ ਕਰਕੇ ਇਹ ਅਸੀਂ ਡਾਇਰੈਕਟਰ ਬਿਊਰੋ ਆਫ ਜਿਹੜੇ ਹੈਗੇ ਨੇ ਵਿਜੀਲੈਂਸ 'ਤੇ ਉਹਨਾਂ ਨੂੰ ਭੇਜ ਦਿੱਤੀ ਗਈ ਹੈ ਇਨਵੈਸਟੀਗੇਸ਼ਨ ਲਈ। ਇਹ 48 ਨੰਬਰ ਮੁਕੱਦਮਾ ਥਾਣਾ ਸਿਟੀ ਜਲਾਲਾਬਾਦ।